ਯਹੂਨਾ 2:8 ਫਿਰ ਹਰੇਕ ਆਪ ਆਪਣੇ ਘਰ ਗਿਆ ਪਰ ਯਿਸੂ ਜ਼ਤੂਨ ਦੇ ਪਹਾੜ ਨੂੰ ਸਿਧਾਰਿਆ ਅਤੇ ਸਵੇਰ ਨੂੰ ਉਹ ਹੇਕਲ ਵਿੱਚ ਫਿਰ ਆਇਆ ਅਤੇ ਸਭ ਲੋਕ ਉਹਦੇ ਕੋਲ ਆਏ ਔਰ ਉਹ ਬੈਠ ਕੇ ਉਹਨਾਂ ਨੂੰ ਉਪਦੇਸ਼ ਦੇਣ ਲੱਗਾ ਤਾਂ ਗ੍ਰੰਥੀ ਅਤੇ ਫਰੀਸੀ ਇੱਕ ਤੀਵੀ ਨੂੰ ਲਿਆਏ ਜਿਹੜੀ ਜਨਾ ਵਿੱਚ ਫੜੀ ਗਈ ਸੀ ਅਤੇ ਉਸ ਨੂੰ ਵਿਚਕਾਰ ਖੜੀ ਕਰਕੇ ਉਹਨੂੰ ਕਿਹਾ ਗੁਰੂ ਜੀ ਇਹ ਤੀਵੀ ਠੀਕ ਜਿਨਾ ਦੇ ਵੇਲੇ ਫੜੀ ਗਈ ਹੈ ਅਤੇ موسی ਨੇ ਤੁਰੈਤ ਵਿੱਚ ਸਾਨੂੰ ਹੁਕਮ ਦਿੱਤਾ ਹੈ ਜੋ ਇਹੋ ਜਿਹਿਆਂ ਨੂੰ ਪੱਥਰ ਨਾਲ ਮਾਰ ਸੁੱਟੋ ਫਿਰ ਤੂੰ ਇਹਦੇ ਹੱਕ ਵਿੱਚ ਕੀ ਆਖਦਾ ਹੈ ਪਰ ਉਹਨਾਂ ਨੇ ਉਹਦੇ ਪਰਤੌਣ ਲਈ ਇਹ ਗੱਲ ਕਹੀ ਸੀ ਭਈ ਉਸ ਉੱਤੇ ਊਜ ਲਾਉਣ ਦਾ ਮੌਕਾ ਮਿਲੇ ਤਾਂ ਯਿਸੂ ਹਿਟਾਹ ਨਿਉ ਕੇ ਉਂਗਲ ਨਾਲ ਧਰਤੀ ਉੱਤੇ ਲਿਖਣ ਲੱਗਾ ਜਾਂ ਉਹ ਉਸ ਤੋਂ ਪੁੱਛੀ ਗਏ ਤਾਂ ਉਹਨੇ ਸਿੱਧੇ ਹੋ ਕੇ ਉਹਨਾਂ ਨੂੰ ਆਖਿਆ ਕਿ ਜਿਹੜਾ ਤੁਹਾਡੇ ਵਿੱਚੋਂ નિર્ਦੋਖ ਹੋਵੇ ਉਹ ਪਹਿਲਾਂ ਉਸ ਨੂੰ ਪੱਥਰ ਮਾਰੇ ਫਿਰ ਹਟਾਹ ਨਿਉ ਕੇ ਉਂਗਲ ਨਾਲ ਧਰਤੀ ਉੱਤੇ ਲਿਖਣ ਲੱਗਾ ਇਹ ਸੁਣ ਕੇ ਉਹ ਵੱਡਿਆਂ ਤੋਂ ਲੈ ਕੇ ਛੋਟਿਆਂ ਤੱਕ ਇੱਕ ਇੱਕ ਕਰਕੇ ਨਿਕਲ ਗਈ ਅਤੇ ਯਿਸੂ ਇਕੱਲਾ ਰਹਿ ਗਿਆ ਅਤੇ ਉਹ ਤੀਵੀਂ ਵਿਚਕਾਰ ਖੜੀ ਰਹੀ ਤਾਂ ਯਿਸੂ ਨੇ ਸਿੱਧੇ ਹੋ ਕੇ ਉਹਨਾਂ ਆਖਿਆ हे ਤ੍ਰਿਮਤ ਉਹ ਕਿੱਥੇ ਹਨ ਕਿ ਕਿਸੇ ਨੇ ਤੇਰੇ ਉੱਤੇ ਸਜ਼ਾ ਦਾ ਹੁਕਮ ਨਾ ਦਿੱਤਾ ਉਹ ਬੋਲੀ ਪ੍ਰਭੂ ਜੀ ਕਿਸੇ ਨੇ ਵੀ ਨਹੀਂ ਤਾਂ ਯਿਸੂ ਨੇ ਕਿਹਾ ਮੈਂ ਵੀ ਨਹੀਂ ਦਿੰਦਾ ਜਾ ਐਦੋਂ ਅੱਗੇ ਫੇਰ ਪਾਪ ਨਾ ਕਰੀ ਉਪਰੰਤ ਯਿਸੂ ਨੇ ਫਿਰ ਉਹਨਾਂ ਨੂੰ ਆਖਿਆ ਕਿ ਜਗਤ ਦਾ ਚਾਨਣ ਮੈਂ ਹਾਂ ਜਿਹੜਾ ਮੇਰੇ ਪਿੱਛੇ ਤੁਰਦਾ ਹੈ ਹਨੇਰੇ ਵਿੱਚ ਕਦੇ ਨਾ ਚੱਲੇਗਾ ਸਗੋ ਉਹਦੇ ਕੋਲ ਜੀਉਣ ਦਾ ਚਾਨਣ ਹੋਵੇਗਾ ਇਸ ਲਈ ਫਰਿਸ਼ਿਆਂ ਨੇ ਉਹਨੂੰ ਕਿਹਾ ਤੂੰ ਆਪਣੇ ਉੱਤੇ ਆਪ ਸਾਖੀ ਦਿੰਦਾ ਹੈ ਤੇਰੀ ਸਾਖੀ ਸੱਚੀ ਨਹੀਂ ਈਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਭਾਵੇਂ ਮੈਂ ਆਪਣੇ ਉੱਤੇ ਆਪੇ ਸਾਖੀ ਦਿੰਦਾ ਹਾਂ ਤਾਂ ਵੀ ਮੇਰੀ ਸਾਖੀ ਸੱਚੀ ਹੈ ਕਿਉਂਕਿ ਜੋ ਮੈਂ ਜਾਣਦਾ ਹਾਂ ਭਈ ਮੈਂ ਕਿੱਧਰੋਂ ਆਇਆ ਹਾਂ ਅਤੇ ਕਿੱਧਰ ਨੂੰ ਜਾਂਦਾ ਹਾਂ ਪਰ ਤੁਸੀਂ ਨਹੀਂ ਜਾਣਦੇ ਭਈ ਮੈਂ ਕਿੱਧਰੋਂ ਆਉਂਦਾ ਹਾਂ ਅਤੇ ਕਿੱਧਰ ਨੂੰ ਜਾਂਦਾ ਹਾਂ ਤੁਸੀਂ ਸਰੀਰ ਦੇ ਅਨੁਸਾਰ ਨਿਆਂ ਕਰਦੇ ਹੋ ਮੈਂ ਕਿਸੇ ਦਾ ਨਿਆਂ ਨਹੀਂ ਕਰਦਾ ਪਰ ਮੈਂ ਜੇ ਨਿਆਂ ਕਰਾਂ ਤਾਂ ਵੀ ਮੇਰਾ ਨਿਆਂ ਸੱਚਾ ਹੈ ਕਿਉਂਕਿ ਮੈਂ ਇਕੱਲਾ ਨਹੀਂ ਪਰ ਮੈਂ ਅਤੇ ਮੇਰਾ ਕਲਨ ਵਾਲਾ ਤੁਹਾਡੀ ਸ਼ਰਧ ਵਿੱਚ ਇਹ ਲਿਖਿਆ ਹੋਇਆ ਹੈ ਕਿ ਦੋ ਮਨੁੱਖਾਂ ਦੀ ਸਾਖੀ ਸੱਚੀ ਹੁੰਦੀ ਹੈ ਇੱਕ ਤਾਂ ਮੈਂ ਹਾਂ ਜੋ ਆਪਣੇ ਉੱਤੇ ਸਾਖੀ ਦਿੰਦਾ ਹਾਂ ਅਤੇ ਇੱਕ ਮੇਰੇ ਪਿਤਾ ਜਿਨ ਮੈਨੂੰ ਕਲਿਆ ਮੇਰੇ ਉੱਤੇ ਸਾਖੀ ਦਿੰਦਾ ਹੈ ਤਾਂ ਉਹਨਾਂ ਨੇ ਉਸ ਨੂੰ ਆਖਿਆ ਕਿੱਥੇ ਹੈ ਤੇਰਾ ਪਿਤਾ ਯਿਸੂ ਨੇ ਉੱਤਰ ਦਿੱਤਾ ਤੁਸੀਂ ਨਾ ਮੈਨੂੰ ਜਾਣਦੇ ਹੋ ਨਾ ਮੇਰੇ ਪਿਤਾ ਨੂੰ ਜੇ ਤੁਸੀਂ ਮੈਨੂੰ ਜਾਣਦੇ ਤਾਂ ਮੇਰੇ ਪਿਤਾ ਨੂੰ ਵੀ ਜਾਣਦੇ ਉਨੇ ਹੇਕਲ ਵਿੱਚ ਉਪਦੇਸ਼ ਕਰਦੇ ਹੋਏ ਇਹ ਗੱਲਾਂ ਖਜ਼ਾਨੇ ਦੇ ਅੰਦਰ ਆਖੀਆਂ ਔਰ ਕਿਸੇ ਨੇ ਉਹਨੂੰ ਨਾ ਫੜਿਆ ਕਿਉਂਕਿ ਉਹਦਾ ਵੇਲਾ ਅਜੇ ਨਹੀਂ ਆਇਆ ਉਸਨੇ ਫਿਰ ਉਹਨਾਂ ਨੂੰ ਆਖਿਆ ਮੈਂ ਤਾਂ ਚੱਲਿਆ ਜਾਂਦਾ ਹਾਂ ਔਰ ਤੁਸੀਂ ਮੈਨੂੰ ਪਾਲੋਗੇ ਅਤੇ ਆਪਣੇ ਪਾਪ ਵਿੱਚ ਮਰੋਗੇ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਨਹੀਂ ਆ ਸਕਦੇ ਉਪਰੰਤ ਯਹੂਦਿਆ ਨੇ ਕਿਹਾ ਪਹਿਲਾਂ ਉਹ ਆਪਣਾ ਘਾਤ ਕਰੂ ਉਹ ਦੁਆਖਦਾ ਹੈ ਕਿ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਨਹੀਂ ਆ ਸਕਦੇ ਉਸ ਨੇ ਉਹਨਾਂ ਨੂੰ ਆਖਿਆ ਤੁਸੀਂ ਇਠੋਂ ਦੇ ਹੋ ਮੈਂ ਉੱਤੋਂ ਦਾ ਹਾਂ ਤੁਸੀਂ ਇਸ ਜਗਤ ਤੋਂ ਹੋ ਮੈਂ ਇਸ ਜਗਤ ਤੋਂ ਨਹੀਂ ਹਾਂ ਇਸ ਲਈ ਮੈਂ ਤੁਹਾਨੂੰ ਆਖਿਆ ਜੋ ਤੁਸੀਂ ਆਪਣੇ ਪਾਪਾਂ ਵਿੱਚ ਮਰੋਗੇ ਕਿਉਂਕਿ ਜੇ ਤੁਸੀਂ ਮੇਰੀ ਪ੍ਰਤੀਤ ਨਾ ਕਰੋ ਕਿ ਮੈਂ ਉਹ ਹਾਂ ਤਾਂ ਆਪਣੇ ਪਾਪਾਂ ਵਿੱਚ ਮਰੋਗੇ ਤਾਂ ਉਹਨਾਂ ਨੇ ਉਸ ਨੂੰ ਕਿਹਾ ਤੂੰ ਹੈ ਕੌਣ ਯਿਸੂ ਨੇ ਉਹਨਾਂ ਨੂੰ ਆਖਿਆ ਮੈਂ ਉਹ ਹਾਂ ਜੋ ਮੁੱਢੋਂ ਤੁਹਾਨੂੰ ਦੱਸਦਾ ਆਇਆ ਤੁਹਾਡੇ ਹੱਕ ਵਿੱਚ ਮੈਂ ਬਹੁਤ ਕੁਝ ਕਹਿਣਾ ਹੈ ਅਤੇ ਨਿਆਂ ਕਰਨਾ ਹੈ ਪਰ ਜਿੰਨ ਮੈਨੂੰ ਕਹ ਲਿਆ ਉਹ ਸੱਚਾ ਹੈ ਅਤੇ ਜਿਹੜੀਆਂ ਗੱਲਾਂ ਮੈਂ ਉਸ ਕੋਲ ਸੁਣੀਆਂ ਸੋਈ ਜਗਤ ਨੂੰ ਕਹਿੰਦਾ ਹਾਂ ਉਹ ਨਾ ਸਮਝੇ ਜੋ ਉਹ ਸਾਨੂੰ ਪਿਤਾ ਦੀ ਵਿਖਿਆ ਕਰਦਾ ਹੈ ਤਾਂ ਯਿਸੂ ਨੇ ਆਖਿਆ ਕਿ ਜਾਂ ਤੂੰ ਇਸ ਮਨੁੱਖ ਦੇ ਪੁੱਤਰ ਨੂੰ ਉੱਚਾ ਕਰੋਗੇ ਤਾਂ ਜਾਣੋਗੇ ਭਈ ਮੈਂ ਉਹ ਹਾਂ ਅਤੇ ਇਹ ਜੋ ਮੈਂ ਆਪਣੇ ਵੱਲੋਂ ਕੁਝ ਨਹੀਂ ਕਰਦਾ ਹਾਂ ਪਰ ਜਿੱਦਾਂ ਪਿਤਾ ਨੇ ਮੈਨੂੰ ਸਿਖਾਇਆ ਹੈ ਉਦਾਂ ਹੀ ਮੈਂ ਇਹ ਗੱਲਾਂ ਆਖਦਾ ਹਾਂ ਔਰ ਜਿੰ ਮੈਨੂੰ ਕਲਿਆ ਉਹ ਮੇਰੇ ਸੰਗ ਹੈ ਉਸਨੇ ਮੈਨੂੰ ਇਕੱਲਾ ਨਹੀਂ ਛੱਡਿਆ ਕਿਉਂਕਿ ਜੋ ਮੈਂ ਸਦਾ ਉਹ ਕੰਮ ਕਰਦਾ ਹਾਂ ਜਿਹੜੇ ਉਸ ਨੂੰ ਪਾਉਂਦੇ ਹਨ ਉਹਦੇ ਇਹ ਗੱਲਾਂ ਆਖਦਿਆਂ ਬਹੁਤਿਆਂ ਨੇ ਉਹਦੇ ਉੱਤੇ ਨਿंचा ਕੀਤੀ ਤਾਂ ਯਿਸੂ ਨੇ ਉਹਨਾਂ ਯਹੂਦੀਆਂ ਨੂੰ ਜਿਨ੍ਹਾਂ ਉਹਦੀ ਪ੍ਰਤੀਤ ਕੀਤੀ ਸੀ ਆਖਿਆ ਜੇ ਤੁਸੀਂ ਮੇਰੇ ਬਚਨ ਤੇ ਖਲੋਤੇ ਰਹੋ ਤਾਂ ਠੀਕ ਤੁਸੀਂ ਮੇਰੇ ਚੇਲੇ ਹੋ ਔਰ ਸਚਾਈ ਨੂੰ ਜਾਣੋਗੇ ਅਤੇ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਉਹਨਾਂ ਉੱਤਰ ਦਿੱਤਾ ਕਿ ਅਸੀਂ ਅਬਰਾਹਮ ਦੇ ਅਣਸਾਂਗੇ ਔਰ ਕਦੇ ਕਿਸੇ ਦੇ ਗੁਲਾਮੀ ਵਿੱਚ ਨਹੀਂ ਰਹੇ ਤੂੰ ਕੀ ਕਰਦਾ ਹੈ ਜੋ ਤੁਸੀਂ ਆਜ਼ਾਦ ਕੀਤੇ ਜਾਓਗੇ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਹਰੇਕ ਜੋ ਪਾਪ ਕਰਦਾ ਹੈ ਸੋ ਪਾਪ ਦਾ ਗੁਲਾਮ ਹੈ ਅਤੇ ਗੁਲਾਮ ਸਦਾ ਕਰ ਵਿੱਚ ਨਹੀਂ ਰਹਿੰਦਾ ਪੁੱਤਰ ਸਦਾ ਰਹਿੰਦਾ ਹੈ ਇਸ ਲਈ ਜੇ ਪੁੱਤਰ ਤੁਹਾਨੂੰ ਆਜ਼ਾਦ ਕਰੇ ਤਾਂ ਠੀਕ ਤੁਸੀਂ ਆਜ਼ਾਦ ਹੋਵੋਗੇ ਮੈਂ ਜਾਣਦਾ ਹਾਂ ਜੋ ਤੁਸੀਂ ਅਬਰਾਹਮ ਦੇ ਅੰਸੂ ਪਰ ਤੁਸੀਂ ਮੇਰੇ ਮਾਰਸਟਰ ਦੇ ਮਗਰ ਪਏ ਹੋ ਇਸ ਲਈ ਜੋ ਤੁਹਾਡੇ ਵਿੱਚ ਮੇਰੇ ਬਚਨ ਲਈ ਥਾਂ ਨਹੀਂ ਹੈ ਮੈਂ ਜੋ ਕੁਝ ਆਪਣੇ ਪਿਤਾ ਦੇ ਕੋਲ ਵੇਖਿਆ ਹੈ ਸੋ ਹੀ ਕਹਿੰਦਾ ਹਾਂ ਫਿਰ ਤਾਂ ਵੀ ਜੋ ਕੁਝ ਆਪਣੇ ਪਿਓ ਦੇ ਕੋਲ ਸੁਣਿਆ ਸੋ ਕਰਦੇ ਹੋ ਮੈਂ ਜੋ ਕੁਝ ਆਪਣੇ ਪਿਤਾ ਦੇ ਕੋਲ ਵੇਖਿਆ ਹੈ ਸੋ ਹੀ ਕਹਿੰਦਾ ਹਾਂ ਫਿਰ ਤੁਸੀਂ ਵੀ ਜੋ ਕੁਝ ਆਪਣੇ ਪਿਓ ਦੇ ਕੋਲ ਸੁਣਿਆ ਹੈ ਸੋ ਕਰਦੇ ਹੋ ਉਹਨਾਂ ਨੇ ਉਸ ਨੂੰ ਉੱਤਰ ਦਿੱਤਾ ਸਾਡਾ ਪਿਤਾ ਅਬਰਾਹਮ ਹੈ ਯਿਸੂ ਨੇ ਉਹਨਾਂ ਨੂੰ ਆਖਿਆ ਜੇ ਤੁਸੀਂ ਅਬਰਾਹਮ ਦੀ ਔਲਾਦ ਹੁੰਦੇ ਤਾਂ ਅਬਰਾਹਮ ਜੇ ਕੰਮ ਕਰਦੇ ਪਰ ਹੁਣ ਤੁਸੀਂ ਮੇਰੇ ਮਾਰ ਸੁੱਟਣ ਦੇ ਮਗਰ ਪਏ ਹੋ ਜੋ ਇਹੋ ਜਿਹੇ ਮਨੁੱਖਾਂ ਜਿਨ ਤੁਹਾਨੂੰ ਉਹ ਸੱਚੀ ਗੱਲ ਦੱਸੀ ਜਿਹੜੀ ਮੈਂ ਪਰਮੇਸ਼ਰ ਕੋਲੋਂ ਸੁਣੀ ਇਹ ਤਾਂ ਅਬਰਾਹਮ ਨੇ ਨਹੀਂ ਕੀਤਾ ਤੁਸੀਂ ਆਪਣੇ ਪਿਓ ਜੇ ਕੰਮ ਕਰਦੇ ਹੋ ਉਹਨਾਂ ਨੇ ਉਸ ਨੂੰ ਆਖਿਆ ਅਸੀਂ ਹਰਾਮ ਦੇ ਨਹੀਂ ਆ ਸਾਡਾ ਪਿਤਾ ਇੱਕ ਉਹ ਪਰਮੇਸ਼ਰ ਹੈ ਯਿਸੂ ਨੇ ਉਹਨਾਂ ਨੂੰ ਆਖਿਆ ਜੇ ਪਰਮੇਸ਼ਰ ਤੋਰ ਪਿਤਾ ਹੁੰਦਾ ਤਾ ਤੁਸੀਂ ਮੈਨੂੰ ਪਿਆਰ ਕਰਦੇ ਇਸ ਲਈ ਜੋ ਮੈਂ ਪਰਮੇਸ਼ਰ ਤੋਂ ਨਿਕਲਿਆ ਅਤੇ ਆਇਆ ਹਾਂ ਕਿਉਂਕਿ ਮੈਂ ਆਪ ਤੋਂ ਆਪ ਨਹੀਂ ਆਇਆ ਪਰ ਉਹ ਨੇ ਮੈਨੂੰ ਕੱਲਿਆ ਤੁਸੀਂ ਮੇਰੇ ਬੋਲ ਕਿਉਂ ਨਹੀਂ ਸਮਝਦੇ ਇਸ ਲਈ ਜੋ ਮੇਰਾ ਬਚਨ ਸੁਣ ਨਹੀਂ ਸਕਦੇ ਤੁਸੀਂ ਆਪਣੇ ਪਿਓ ਸ਼ਤਾਨ ਤੋ ਹੋ ਅਤੇ ਆਪਣੇ ਪਿਓ ਦੀਆਂ ਕਾਮਨਾ ਦੇ ਅਨੁਸਾਰ ਕਰਨਾ ਚਾਹੁੰਦੇ ਹੋ ਉਹ ਤਾਂ ਮੁੱਢੋਂ ਮੁੱਖ ਘਾਤਕ ਸੀ ਅਤੇ ਸਚਾਈ ਉੱਤੇ ਟਿਕਾ ਨਾ ਰਿਹਾ ਕਿਉਂਕਿ ਉਸ ਵਿੱਚ ਸੱਚਾਈ ਹੈ ਨਹੀਂ ਜਦੋਂ ਝੂਠ ਬੋਲਦਾ ਹੈ ਤਾਂ ਉਹ ਆਪਣੀਆਂ ਹੀ ਹੱਕਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਤੰਦਰ ਹੈ ਪਰ ਇਸ ਕਾਰਨ ਜੋ ਮੈਂ ਸੱਤ ਆਖਦਾ ਹਾਂ ਤੁਸੀਂ ਮੇਰੀ ਪ੍ਰਤੀਤ ਨਹੀਂ ਕਰਦੇ ਹੋ ਕੌਣ ਤੁਹਾਡੇ ਵਿੱਚੋਂ ਮੇਰੇ ਉੱਤੇ ਗੁਨਾਹ ਸਾਬਤ ਕਰਦਾ ਹੈ ਜੇ ਮੈਂ ਸੱਤ ਆਖਦਾ ਹਾਂ ਤਾਂ ਤੁਸੀਂ ਕਿਉਂ ਮੇਰੀ ਪ੍ਰਤੀਤ ਨਹੀਂ ਕਰਦੇ ਹੋ ਜੋ ਪਰਮੇਸ਼ਰ ਤੋਂ ਹੈ ਸੋ ਪਰਮੇਸ਼ਰ ਦੇ ਬਚਨ ਸੁਣਦਾ ਹੈ ਤੁਸੀਂ ਇਸੇ ਕਾਰਨ ਨਹੀਂ ਸੁਣਦੇ ਜੋ ਤੁਸੀਂ ਪਰਮੇਸ਼ਰ ਤੋਂ ਨਹੀਂ ਹੋ ਯੂਹਦਿਆ ਨੇ ਉਹਨੂੰ ਉੱਤਰ ਦਿੱਤਾ ਕਿ ਅਸੀਂ ਠੀਕ ਨਹੀਂ ਕਹਿੰਦੇ ਜੋ ਤੂੰ ਸਾਮਰੀ ਹੈ ਅਤੇ ਤੈਨੂੰ ਇੱਕ ਭੂਤ ਚਿਮੜਿਆ ਹੋਇਆ ਹੈ ਯਿਸੂ ਨੇ ਉੱਤਰ ਦਿੱਤਾ ਮੈਨੂੰ ਭੂਤ ਨਹੀਂ ਚਿਮੜਿਆ ਹੋਇਆ ਹੈ ਪਰ ਮੈਂ ਆਪਣੇ ਪਿਤਾ ਦਾ ਆਦਰ ਕਰਦਾ ਹਾਂ ਅਤੇ ਤੁਸੀਂ ਮੇਰਾ ਨਿਆਦਰ ਕਰਦੇ ਹੋ ਪਰ ਮੈਂ ਆਪਣੀ ਵਡਿਆਈ ਨਹੀਂ ਪਾਲਦਾ ਇੱਕ ਹੈ ਜੋ ਪਾਲਦਾ ਹੈ ਅਤੇ ਨਿਆਂ ਕਰਦਾ ਹੈ ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੇ ਕੋਈ ਮੇਰੇ ਬਚਨ ਦੀ ਪਾਲਣਾ ਕਰੇ ਤਾਂ ਉਹ ਮੌਤ ਨੂੰ ਕਦੇ ਮੌਤ ਨਾ ਵੇਖੇਗਾ ਯਹੂਦਿਆਂ ਨੇ ਉਹਨੂੰ ਆਖਿਆ ਹੁਣ ਅਸੀਂ ਜਾਣ ਗਏ ਤੂੰ ਤੈਨੂੰ ਇੱਕ ਪੁੱਤ ਚੰੜਿਆ ਹੋਇਆ ਹੈ ਅਬਰਾਹਮ ਮਰ ਗਿਆ ਨਾਲੇ ਨਬੀ ਵੀ ਅਜ ਤੂੰ ਆਖਦਾ ਹੈ ਭਈ ਜੇ ਕੋਈ ਮੇਰੇ ਬਚਨ ਦੀ ਪਾਲਣਾ ਕਰੇ ਤਾਂ ਉਹ ਮੌਤ ਦਾ ਸਵਾਦ ਮੂਲ ਨਾ ਚਖੂ ਭਲਾ ਤੂੰ ਸਾਡੇ ਪਿਤਾ ਅਬਰਾਹਮ ਨਾਲੋਂ ਜੋ ਮਰ ਗਿਆ ਹੈ ਵੱਡਾ ਹੈ ਨਾਲੇ ਨਬੀ ਵੀ ਮਰ ਗਏ ਤੂੰ ਆਪ ਨੂੰ ਕੀ ਬਣਾਉਂਦਾ ਹੈ ਈਸੂ ਨੇ ਉੱਤਰ ਦਿੱਤਾ ਜੇ ਮੈਂ ਆਪਣੀ ਵਡਾਈ ਕਰਾਂ ਤਾਂ ਮੇਰੀ ਵਡਾਈ ਕੁਝ ਨਹੀਂ ਹੈ ਜੋ ਮੇਰੀ ਵਡਾਈ ਕਰਦਾ ਹੈ ਸੋ ਮੇਰਾ ਪਿਤਾ ਹੈ ਜਿਹਨੂੰ ਤੁਸੀਂ ਆਖਦੇ ਹੋ ਜੋ ਸਾਡਾ ਪਿਤਾ ਪਰਮੇਸ਼ਰ ਹੈ ਈਸੂ ਨੇ ਉੱਤਰ ਦਿੱਤਾ ਜੋ ਮੈਂ ਆਪਣੀ ਵਡਾਈ ਕਰਾਂ ਤਾਂ ਮੇਰੀ ਵਡਾਈ ਕੁਝ ਨਹੀਂ ਹੈ ਜੋ ਮੇਰੀ ਵਡਾਈ ਕਰਦਾ ਹੈ ਸੋ ਮੇਰਾ ਪਿਤਾ ਹੈ ਜਿਹਨੂੰ ਤੁਸੀਂ ਆਖਦੇ ਹੋ ਜੋ ਤੁਹਾਡਾ ਪਰਮੇਸ਼ਰ ਹੈ ਅਤੇ ਤੁਸੀਂ ਉਹਨੂੰ ਨਹੀਂ ਜਾਣਦਾ ਪਰ ਮੈਂ ਉਹਨੂੰ ਜਾਣਦਾ ਹਾਂ ਅਰ ਜੇ ਮੈਂ ਆਖਾਂ ਵੀ ਮੈਂ ਉਹਨੂੰ ਨਹੀਂ ਜਾਣਦਾ ਤਾਂ ਤੁਹਾਡੇ ਵਾਂਗੂ ਝੂਠਾ ਹੋਵਾਂਗਾ ਪਰ ਮੈਂ ਉਹਨੂੰ ਜਾਣਦਾ ਹਾਂ ਅਤੇ ਉਹਦੇ ਬਚਨ ਦੀ ਪਾਲਣਾ ਕਰਦਾ ਹਾਂ ਤੁਹਾਡਾ ਪਿਤਾ ਅਬਰਾਹਮ ਮੇਰਾ ਦਿਨ ਵੇਖਣ ਨੂੰ ਆਨੰਦ ਸੀ ਔਰ ਉਸਨੇ ਵੇਖਿਆ ਅਤੇ ਪ੍ਰਸੰਨ ਹੋਇਆ ਤਾਂ ਯੂਦੀਆ ਨੇ ਉਹਨੂੰ ਆਖਿਆ ਤੇਰੀ ਉਮਰ ਤਾਂ ਅਜੇ 50 ਵਰ੍ਹਿਆਂ ਦੀ ਨਹੀਂ ਹੈ ਤੇ ਅਬਰਾਹਮ ਨੂੰ ਵੇਖਿਆ ਹੈ ਯਿਸੂ ਨੇ ਉਹਨੂੰ ਕਿਹਾ ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਅਬਰਾਹਮ ਦੇ ਹੋਣ ਤੋਂ ਪਹਿਲਾਂ ਮੈਂ ਹਾਂ ਉਪਰੰਤ ਉਹਨਾਂ ਉਸਦੇ ਮਾਰਨ ਨੂੰ ਪੱਥਰ ਚੁੱਕੇ ਪਰ ਯਿਸੂ ਨੇ ਆਪਣੇ ਤੈਂ ਲੁਕੋਇਆ ਅਤੇ ਹੈਕ ਤੋਂ ਬਾਹਰ ਨਿਕਲ ਗਿਆ